ਚੜ੍ਹਦੀ ਸਵੇਰ ਹੋਵੇ, ਪੰਛੀ ਗਾਉਂਦੇ ਗੀਤ ਹੋਣ, ਨਿੱਘੀ ਨਿੱਘੀ ਪੈਂਦੀ ਹੋਵੇ ਸੂਰਜ ਦੀ ਧੁੱਪ ਹੋਵੇ। ਖੈਰ ਇਹ ਜਜ਼ਬਾਤਾਂ ਸ਼ਾਇਰ ਨੇ ਸਿਆਲ 'ਚ ਬੈਠ ਕੇ ਲਿਖੇ ਹੋਣਗੇ, ਅਤੇ ਅੱਜ ਕੱਲ੍ਹ ਤਾਂ ਨਿੱਘੀ ਧੁੱਪ ਦੀ ਲੋੜ ਨਹੀਂ ਆ, ਪਹਿਲੀ ਧਰਤੀ ਇੰਨੀ ਨਿੱਘੀ ਹੋ ਜਾਂਦੀ ਆ, ਭਾਵੇਂ ਰੋਟੀਆਂ ਸੇਕ ਲਓ ਇਹੋ ਜਿਹੀ ਗੱਲਬਾਤ ਹੋ ਰਹੀ ਆ। ਖੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅੱਜ 1 ਜੂਨ 19 ਜੇਠ ਬਰਾ 2024 ਅਤੇ ਸਮਾਂ ਸਵੇਰੇ ਦੇ 6:45 ਦੇ ਹੋ ਚੁੱਕੇ ਨੇ, ਅਤੇ ਟਰੈਕਿੰਗ ਵਾਸਤੇ 10 ਐਂਡ ਜਮਾਂ ਰੈਡੀ ਨੇਗੇ, ਅਤੇ ਇੱਥੋਂ ਬੱਸ ਫੜਨੀ ਆਉਣ 5:50 'ਤੇ ਆਉਂਦੀ ਆ, ਅਤੇ 5-7 ਕੁ ਮਿੰਟ ਰਹਿ ਗਏ ਆ, ਅਤੇ ਬੱਸ ਇਹ ਵੀ ਨਹੀਂ ਪਤਾ ਆਊਗੀ ਕਿ ਨਾ, ਕਿਉਂਕਿ ਹੜਤਾਲ ਸੀਗੀ ਕੱਲ੍ਹ ਵੀ, ਬੱਸਾਂ ਬੋਟਾਂ ਵਾਲੇ ਪਾਸੇ ਲੱਗ ਗਈਆਂ ਸੀਗੀਆਂ, ਅਤੇ ਅੱਜ ਵੀ ਪਤਾ ਕਰਿਆ ਸੀਗਾ, ਅਤੇ ਉਹ ਕਹਿੰਦੇ ਬਈ ਅੱਧ ਪਜੱਧ 'ਚ ਚੱਲਣਗੀਆਂ, ਕੋਈ ਆਊਗੀ ਨਾ ਆਊਗੀ। ਵੈਸੇ 10 ਕੁ ਵਜੇ ਨੂੰ ਪਹੁੰਚਣਾ ਸੀ ਬਠਿੰਡੇ, ਜੇ ਪਹਿਲੀ ਬੱਸ ਆ ਗਈ ਤਾਂ ਮੈਨੂੰ 7 ਵਜੇ ਲਾ ਦੂੰਗੇ, ਇਹ ਆ ਉਦੋਂ ਬਾਅਦ ਜੇ ਨਾ ਕੋਈ ਬੱਸ ਆਈ ਤਾਂ ਫਿਰ ਆਪਦਾ ਸਾਧਨ ਖਿੱਚਣਾ ਪਊਗਾ, ਕੋਈ ਵੋਟਾਂ ਕਰਕੇ ਫਿਰ ਥਾਂ ਥਾਂ ਰੋਕ ਟੋਕ ਜੀ ਹੋਈ ਜਾਂਦੀ ਆ, ਅਤੇ ਇਸ ਕਰਕੇ ਮੈਂ ਕਿਹਾ ਚੱਲ 2-3 ਘੰਟੇ ਪਹਿਲਾਂ ਹੀ ਗਏ ਚੰਗੇ ਆ, ਅਤੇ ਬਾਕੀ ਆਪਣੇ 2 ਮਿੱਤਰ ਆਪਾਂ ਨੂੰ ਬਠਿੰਡੇ ਮਿਲਣਗੇ, ਅਤੇ ਉਹ ਅਗਲੀ ਗੱਲਬਾਤ ਉੱਥੇ ਜਾ ਕੇ ਕਰਦੇ ਹਾਂ। ਅਤੇ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾ ਜ਼ਰੂਰ ਦੇਖਿਓ, ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ, ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਹਾਂ ਸਾਂਝੀ ਤੁਹਾਡੇ ਨਾਲ, ਜਿਹੜੀ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ, ਸੁਣ ਸਕਦੇ ਹੋ, ਸਬਸਕ੍ਰਾਈਬ ਕਰ ਲਿਓ, ਫੋਲੋ ਕਰ ਲਿਓ। ਅਤੇ ਇੱਧਰ ਆਪਣਾ ਪਿੰਡਾਂ ਵਾਲਾ ਵਿਰਸਾ, ਅਤੇ ਜੋੜ ਕੇ ਡਾਹੇ ਹੋਏ ਮੰਜੇ 'ਤੇ ਆਪਣਾ ਚੋਬਰ, ਹਾਲੇ ਹੁਣੇ ਹੁਣੇ ਉੱਠਿਆ ਅਤੇ ਕੌਲਾ ਪਿਆ ਸਰਾਣੇ ਲੋਟਾਂ। ਚੱਲ ਚੰਗਾ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਚੰਗਾ ਬਾਪੇ, ਸਤਿ ਸ਼੍ਰੀ ਅਕਾਲ, ਚੰਗਾ ਬ੍ਰੇਕੇ, ਚੰਗਾ ਭਾਈ। ਚੱਲ ਵੱਡੀ ਮੰਮੀ ਨੂੰ ਮਿਲਾਵਾਂ ਭੱਜ ਕੇ, ਫਿਰ ਮੈਂ ਜਾਣਾ। ਠੀਕ, ਚੰਗਾ ਵੱਡੀ ਮੰਮਾ, ਸਤਿ ਸ਼੍ਰੀ ਅਕਾਲ, ਤੇ 11-12 ਤਰੀਕ ਨੂੰ ਆਊਂਗਾ। ਚੱਲ ਚੰਗਾ ਮਾਤਾ ਸ਼੍ਰੀ, ਚੰਗਾ ਭਾਈ। ਹੋ ਗਿਆ 6:38 ਦਾ, ਅਤੇ ਆਪਣਾ ਗੱਗੂ ਜੋਬਰ ਵੀ ਆਉਂਦਾ ਟਰੈਕਟਰ ਲਈ, ਇਹ ਖੇਤ ਨੂੰ ਤੁਰ ਪਿਆ, ਅੱਜ ਕਰਾਹ ਕਰੂਆ ਲਾਉਂਦੇ ਹਾਂ, ਕਹਿੰਦੇ ਅਸੀਂ ਬਾਣ ਸਾਫ਼ ਕਰਦੇ ਹਾਂ, ਬਾਰੀ ਆ, ਅਤੇ ਅੱਜ ਪਹਿਲੀ ਵਾਰੀ ਲਾਉਣਗੇ ਪੈਪ ਲੈਣ ਤੋਂ ਬਾਅਦ, ਮੈਂ ਰਹਿ ਗਿਆ ਵੀਡੀਓ ਬਣਾਉਣ ਤੋਂ, ਖੈਰ ਅਗਲੀ ਵਾਰੀ ਸਹੀ। ਅਤੇ ਬੱਸ ਪਹਿਲਾਂ ਵਾਲੀ ਵੀ ਨਹੀਂ ਆਈ ਅਤੇ ਅਗਲੀ ਵੀ ਨਹੀਂ ਆਈ, ਅਤੇ ਆਹ ਮਿੱਤਰ ਨਿੰਮੀ ਆਪਣੇ ਪਿੰਡ ਦਾ ਚੋਬਰ, ਅਤੇ ਵੋਟਾਂ 'ਚ ਡਿਊਟੀ ਆ, ਅੱਧ ਕੁ ਤੱਕ ਮੈਨੂੰ ਇਹ ਛੱਡ ਦੂਗਾ, ਅਤੇ ਡਿੱਗਦੇ ਢਹਿੰਦੇ ਆਏ ਪਹੁੰਚ ਜਾਵਾਂਗੇ ਹੌਲੀ ਹੌਲੀ ਅੱਗੇ। ਹੋਰ ਬਾਈ ਠੀਕ ਠਾਕ ਆ, ਚੜ੍ਹਦੀ ਕਲਾ? ਅਤੇ ਖੈਰ ਮਿੱਤਰ ਨੇ ਮੈਨੂੰ ਦੇਖ ਕੇ ਗੱਡੀ ਰੋਕ ਲਈ, ਇਹਨੂੰ ਪਤਾ ਸੀਗਾ ਕਿ ਬੱਸਾਂ ਅੱਜ ਬੰਦ ਨੇ, ਅਤੇ ਗਾਹਾਂ ਬਠਿੰਡੇ ਤੋਂ ਆਪਦਾ ਕੋਈ ਸਾਧਨ, ਦੇਖਦੇ ਹਾਂ ਅਗਲੀ ਗੱਲਬਾਤ ਨਾਲ ਨਾਲ ਕੀ ਬਣਦੀ ਆ। ਚੱਲ ਠੀਕ ਹੈ ਮਿੱਤਰਾ, ਧੰਨਵਾਦ। ਅਤੇ ਰਾਹ 'ਚੋਂ ਆਪਾਂ ਗੱਡੀ ਬਦਲੀ ਸੀ, ਇਹ ਵੀ ਆਪਣੇ ਪਿੰਡ ਦੇ ਹੀ ਆ ਚੋਬਰ, ਅਤੇ ਇਹਦੇ ਨਾਲ ਚੜ੍ਹ ਕੇ ਜੀ ਡਿੱਗਦੇ ਢਹਿੰਦੇ ਤਲਵੰਡੀ ਸਾਹਿਬ ਪਹੁੰਚ ਗਏ, ਇੱਥੋਂ ਉਮੀਦ ਕਰਦੇ ਆਪਾਂ ਨੂੰ ਬੱਸ ਮਿਲ ਜੂਗੀ, ਅਤੇ ਇਹ ਮਿੱਤਰਾਂ ਇਹ ਵੀ ਵੋਟਾਂ 'ਤੇ ਜੋੜੀ ਆ। ਠੀਕ ਹੈ ਮਿੱਤਰਾ, ਠੀਕ ਹੈ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਲੋ ਜੀ ਸਾਹਿਬ ਜੀ, ਇੱਥੋਂ ਵੇਖਦੇ ਹੁਣ ਬੱਸ ਸਟੈਂਡ ਤੋਂ ਬੱਸ ਮਿਲਦੀ ਆ ਕਿ ਨਾ ਬਠਿੰਡੇ ਨੂੰ।
ਤੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਹੋਈਆਂ ਤੇ ਜਿਹੜਾ ਆਪਾਂ ਕਈ ਦਿਨਾਂ ਤੋਂ ਸਰਪ੍ਰਾਈਜ਼ ਸਾਂਭ ਕੇ ਰੱਖਿਆ ਹੋਇਆ ਤੁਹਾਡੇ ਵਾਸਤੇ ਉਹ ਹੁਣ ਪੇਸ਼ ਕਰਦੇ ਆਇਓ ਜੀ ਫਲੈਸ਼ ਗਾ ਕੇ ਸਵਾਗਤ ਕਰਾਂਗੇ ਤੁਹਾਡਾ ਸਤਿ ਸ੍ਰੀ ਅਕਾਲ ਬਾਈ ਜੀ ਆਇਓ ਤੁਹਾਡੀ ਸਪੈਸ਼ਲ ਸ਼ੀਟ ਰੱਖੀ ਹੋਈ ਆ ਮੇਰੀ ਬੁੱਕਸ ਹਾਂ ਜ਼ਰੂਰ ਜੀ ਤੇ ਬਾਈ ਆਪਣਾ ਸਰਪ੍ਰਾਈਜ਼ ਰੋਜ਼ ਕਹਿੰਦੇ ਜਿਹੜਾ ਤੁਹਾਨੂੰ ਤੇ ਅੱਜ ਤੁਹਾਡੇ ਸਾਹਮਣੇ ਆ ਤੇ ਇਹਨਾਂ ਦੇ ਕੋਈ ਜਾਣ ਪਛਾਣ ਦੇ ਮੁਹਤਾਜ ਤਾਂ ਹੈ ਨਹੀਂ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਤੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਇੱਧਰ ਆਪਣਾ ਦੂਸਰਾ ਲੜਕਾ ਦੇਵਕਰਾਈ ਵਾਲਾ ਤੇ ਸੈਟਿੰਗ ਕਰ ਲਈ ਕਰਾਂ ਬਾਕੀ ਕਰਦੇ ਹਾਂ ਗੱਲਬਾਤ ਟਰੈਕ ਕਰਨ ਚੱਲਦੇ ਹਾਂ ਬਾਈਆਂ ਨਾਲ ਤੇ ਅਗਲੀ ਗੱਲਬਾਤ ਕਰਦੇ ਹਾਂ ਅੱਧਾ ਲੈ ਲਈਏ ਮਾੜਾ ਹੋਰ ਬਾਈ ਠੀਕ ਠਾਕ ਪਹੁੰਚ ਗਏ ਉਸਤਾਦ ਸਾਡੇ ਜਨਰਲ ਦੇ ਸਵਾਗਤ ਹੈ ਤੁਹਾਡਾ ਯਾਰੀ ਦੋਸਤੀ ਪੱਕੀ ਖਰਚਾ ਆਪੋ ਆਪਣਾ ਚੜ੍ਹਦੀ ਕਲਾ ਬਾਈ ਠੀਕ ਹੈ ਜੀ ਸਰ ਛੇ ਵਜੇ ਦਾ ਸਮਾਂ ਹੋ ਗਿਆ ਇਸ ਵਕਤ ਚੰਡੀਗੜ੍ਹੋਂ ਸ਼ਿਮਲੇ ਵਾਸਤੇ ਟਿਕਟ ਕਟਾ ਲਈ ਅਤੇ ਮੁਸਾਫਰ ਆਪਣੀਆਂ ਆਪਣੀਆਂ ਸੀਟਾਂ ਲੈ ਕੇ ਬੈਠ ਚੁੱਕੇ ਨੇਗੇ ਠੀਕ ਠਾਕ ਜਨਾਬ ਇੱਕ ਨੰਬਰ ਮਾਹੌਲ ਬਾਈ ਸੱਤ ਵਜੇ ਦਾ ਸਮਾਂ ਹੋ ਗਿਆ ਘੰਟਾ ਕੁ ਬੱਸ ਚੱਲੀ ਚੰਡੀਗੜ੍ਹ ਤੋਂ ਅਤੇ ਪੈਂਚਰ ਹੋ ਗਈ ਪੈਂਚਰ ਲਵਾਉਣ ਵਾਸਤੇ ਖੜ੍ਹ ਕੇ ਰਾਹ 'ਚ ਅਤੇ ਇੱਧਰ ਚੋਬਰ ਵੀ ਆਪਣੇ ਖੂੰਜੇ ਜੇ ਅਲੱਗ ਅਲੱਗ ਖੜ੍ਹੀ ਜਾਂਦੇ ਆ ਬੈਠੀ ਜਾਂਦੇ ਆ ਸਾਰੇ ਜੇ ਲੈ ਕੇ ਕੀ ਕਰੀਏ ਕਹਿੰਦੇ ਭਾਈ ਅਤੇ ਇਹ ਪਹੁੰਚੂ 10:30 ਵਜੇ ਸ਼ਿਮਲੇ ਅੜ ਗਿਆ ਕੰਮ
ਚੱਕ ਦੋ ਕੋਈ ਮਾੜੀ ਸ਼ਿਮਲਾ ਇੱਥੋਂ ਹਲੇ 45 ਕਿਲੋਮੀਟਰ ਆ ਸੋਲਨ ਆ ਕੇ ਗੱਡੀ ਰੋਕ ਲਈ ਇਹਨਾਂ ਨੇ ਕਹਿੰਦੇ ਭਾਈ ਡਿਨਰ ਵਗੈਰਾ ਕਰ ਲਓ ਆਪਦੀ ਚੰਡੀਗੜ੍ਹ ਤੋਂ ਆ ਕੇ ਬਾਅਦ 'ਚ ਇੱਥੇ ਰੋਕਦੇ ਆ ਸਿੱਧਾ ਇਹ ਹੁਣ ਜਿਹਨੂੰ ਲੋੜ ਹੋਈ ਦੋ ਦੋ ਪ੍ਰਸ਼ਾਦੇ ਛਕ ਲਾਂਗੇ ਅਤੇ ਲਗਭਗ 1.5 ਘੰਟਾ ਇੱਥੋਂ ਲਾਉਣਗੇ ਇਹ ਸ਼ਿਮਲੇ ਤੱਕ ਪਹੁੰਚਾਉਣ ਦਾ ਡਿੱਗਦੇ ਢਹਿੰਦੇ ਰਾਤ ਦੇ 12 ਵਜੇ ਪਹੁੰਚ ਗਏ ਸ਼ਿਮਲੇ ਬੱਸ ਸਟੈਂਡ ਅਤੇ ਭਾਈ ਸਾਹਿਬ ਗਦਾ ਮੰਨ ਲਿਆ ਭਾਈ ਤੇਵ ਜੀ ਕਿਵੇਂ ਰਿਹਾ ਸਫ਼ਰ ਬਾਈ ਅੱਜ ਦਾ ਨਜ਼ਾਰੇ ਵਾਲਾ ਠੀਕ ਹੈ ਸੋਹਣਾ ਰਿਹਾ ਮਾਹੌਲ ਬਾਈ ਅੱਜ ਤਾਂ ਆਪਣਾ ਦਿਨ ਲਗਭਗ ਸਫ਼ਰ 'ਚ ਹੀ ਲੰਘ ਗਿਆ ਭਾਈ ਸਾਹਿਬ ਕੋ ਦੱਸਿੰਗ ਜੀ ਇੱਕ ਨੰਬਰ ਮਾਹੌਲ ਬਾਈ ਸਫ਼ਰ ਤਾਂ ਜੇ ਕੱਲ੍ਹ ਨੂੰ ਹੋਣਾ ਹਾਂ ਕੱਲ੍ਹ ਨੂੰ ਅਗਲਾ ਸਫ਼ਰ ਸ਼ੁਰੂ ਹੋਣਾ ਗੱਲਬਾਤ ਇਹ ਕਿ ਕੰਪਨੀ ਨਾਲ ਗੱਲਬਾਤ ਆਪਣੀ ਹੋਈ ਹੋਈ ਆ ਉਹ ਗੱਲਬਾਤ ਆਪਾਂ ਸਾਰੀ ਤੜਕੇ ਕਰਾਂਗੇ 7 ਵਜੇ ਦਾ ਇੱਥੋਂ ਬੱਸ ਸਟੈਂਡ ਤੋਂ ਉਹਨਾਂ ਨੇ ਟਾਈਮ ਦਿੱਤਾ ਇੱਥੋਂ ਆਪਾਂ ਨੂੰ ਚੱਕਣਗੇ ਅਤੇ ਅੱਗੇ 220 ਕਿਲੋਮੀਟਰ ਦਾ ਕੱਲ੍ਹ ਦਾ ਸਫ਼ਰ ਆ ਅਤੇ ਉਹ ਕੰਮ ਹੋਰ ਵੀ ਚੱਕਮਾ ਹੋਊਗਾ ਅਤੇ ਫਿਲਹਾਲ ਅੱਜ ਇੱਥੇ ਡਿੱਗਦੇ ਹਾਂ ਪ੍ਰਸ਼ਾਦਾ ਪਾਣੀ ਛਕ ਦਿਆਂਗੇ ਅਤੇ ਅਗਲੀ ਗੱਲਬਾਤ ਕੱਲ੍ਹ ਨੂੰ ਦੱਸ ਦਿਆਂਗੇ ਕਿਹੜਾ ਟਰੈਕ ਕਰਨਾ ਕਿੱਥੇ ਜਾਣਾ ਗਾ ਅਤੇ ਫਿਲਹਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦੇ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਤੈ ਦਿਲ ਤੋਂ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਤੇ ਭਾਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਸਵੇਰੇ 7 ਵਜੇ 7 ਵਜੇ ਕਿੱਥੇ ਮਿਲਾਂਗੇ ਸਵੇਰੇ ਕੱਲ੍ਹ ਨੂੰ ਤਾਂ ਨੈੱਟਵਰਕ ਤੋਂ ਬਾਹਰ ਹੋ ਜਾਵਾਂਗੇ ਫਿਰ 10 ਤਰੀਕ ਨੂੰ ਵਾਪਸ ਇੱਥੇ ਆਵਾਂਗੇ 10-11 ਨੂੰ ਆਪਾਂ ਫਿਰ ਨੈੱਟਵਰਕ 'ਚ ਆਵਾਂਗੇ ਅਤੇ ਉਹਨੇ ਕੁਛ ਪੁਰਾਣੀਆਂ ਵੀਡੀਓ ਕਲਿੱਪਾਂ ਆਪਾਂ ਕੀਤੀਆਂ ਹੋਈਆਂ ਨੇ ਆਪ ਸ਼ਡਿਊਲ ਅਤੇ ਉਹਨਾਂ ਨੂੰ ਦੇਖ ਕੇ ਉਹਨੇ ਕੰਮ 'ਚ ਲਿਆ ਅਤੇ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਇੱਥੇ ਹੋਟਲ 'ਚ ਲਾਏ ਨੇ ਡੇਰੇ ਅਤੇ ਸਮਾਂ ਹੋ ਗਿਆ 12:15 ਦਾ ਅਤੇ ਸਵੇਰੇ 7 ਵਜੇ ਫਿਰ ਦੁਬਾਰੇ ਬੱਸ ਸਟੈਂਡ ਜਾਣਾ ਇੱਥੋਂ ਆਪਾਂ ਨੂੰ ਜਿਹੜੀ ਕੰਪਨੀ ਨਾਲ ਗੱਲਬਾਤ ਹੋਈ ਆ ਅਤੇ ਉਹ ਲੈ ਜਾਣਗੇ ਅੱਗੇ ਬਸ ਕੰਪਨੀ ਦੀ ਗੱਲਬਾਤ ਸ਼ੁਰੂ ਹੋ ਜੂਗੀ ਟਰੈਕ ਸ਼ੁਰੂ ਹੋਊਗਾ ਕੱਲ੍ਹ ਨੂੰ ਨਹੀਂ ਪਰਸੋਂ ਕੱਲ੍ਹ ਨੂੰ ਸਾਰਾ ਦਿਨ ਫਿਰ ਸਫ਼ਰ 'ਚ ਲੰਘੂਗਾ ਉਹਨਾਂ ਨੇ ਹੋਰ ਬੈਚ ਨਾਲ ਸਾਨੂੰ ਐਡ ਕਰਿਆ ਲਗਭਗ 18-19 ਜਣੇ ਹੋਣਗੇ ਬੈਚ 'ਚ ਮੁੰਡੇ ਕੁੜੀਆਂ ਅਤੇ ਕੱਲ੍ਹ ਦਾ ਦਿਨ ਸਫ਼ਰ ਲਗਭਗ 225 ਕਿਲੋਮੀਟਰ ਅਤੇ ਅੱਗੇ ਜਿਸਕੋ ਨਾ ਜਾਵਾਂਗੇ ਜਿੱਥੇ ਬੇਸ ਕੈਂਪ ਆ
ਤੇ ਉੱਥੋਂ ਆਪਣਾ ਸ਼ੁਰੂ ਹੋਊਗਾ ਟਰੈਕ ਪਰਸੋਂ। ਅਤੇ ਜਿਹੜੀ ਗੱਲਬਾਤ ਤੁਹਾਨੂੰ ਸਾਰੀ ਇਹ ਦੇਖਣ ਨੂੰ ਮਿਲੂਗੀ 10-11 ਤਰੀਕ ਨੂੰ ਵਾਪਸ ਨੈੱਟਵਰਕ ਦੇ ਵਿੱਚ ਆਵਾਂਗੇ। ਅਤੇ ਫਿਲਹਾਲ ਇੱਥੇ ਛਾਪਲਦੇ ਹਾਂ ਅਤੇ ਉਨੇ ਦਿਨ ਤੁਸੀਂ ਪੁਰਾਣੀਆਂ ਵੀਡੀਓ ਦੇਖ ਕੇ ਗੁਜ਼ਾਰਾ ਕਰਿਓ ਅਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਆਪਣੇ ਚੈਨਲ ਦੇ ਨਾਲ ਅਤੇ ਭਾਈ ਘੁੱਦਾ ਅਤੇ ਦੇਵ ਦੇ ਨਾਲ। ਦੇਖਦੇ ਹਾਂ ਆਪਾਂ ਪਹਾੜਾਂ ਦਾ ਰੰਗ ਅਤੇ ਨਾਲ ਤੁਹਾਨੂੰ ਵਿਖਾਵਾਂਗੇ। ਅਤੇ ਬਸ ਇੰਨੀ ਕੀ ਗੱਲਬਾਤ ਸੀਗੀ, ਨੈੱਟਵਰਕ ਤੋਂ ਬਾਹਰ ਹੋਵਾਂਗੇ ਹੁਣ 9-10 ਦਿਨ। ਅਤੇ ਸ਼ੁਕਰੀਆ ਸਾਰੇ ਵੀਰਾਂ ਭੈਣਾਂ ਦਾ, ਧੰਨਵਾਦ, ਜੁੜੇ ਰਹੋ ਚੈਨਲ ਦੇ ਨਾਲ।